ਮਨਜੀਤ ਸਿੰਘ ਬੋਪਾ ਰਾਏ ਦੀ ਪੁਸਤਕ ਜੋਤਿਸ਼ ਝੂਠ ਬੋਲਦਾ ਹੈ ਦਾ ਅਗਲਾ ਅੰਗ ਹੈ ਜੋਤਸ਼ੀ ਠੱਗਦੇ ਕਿਵੇਂ ਹਨ ਸਿਗਮੰਡ ਫਰਾਇਡ ਦੇ ਹੋਰ ਪ੍ਰਸਿੱਧ ਮਨੋਵਿਗਿਆਨੀ ਸਮਝਦੇ ਹੈ ਕਿ ਹਰ ਇੱਕ ਵਿਅਕਤੀ ਚ ਮਹਾਨ ਜਾਂ ਮਹੱਤਵਪੂਰਨ ਹਸਤੀ ਬਣਨ ਦੀ ਇੱਛਾ ਛੁਪੀ ਹੁੰਦੀ ਹੈ ਵਿਅਕਤੀ ਇਸ ਇੱਛਾ ਨੂੰ ਵੱਖੋ ਵੱਖਰੇ ਢੰਗਾਂ ਨਾਲ ਵਿਕਸਿਤ ਕਰਦੇ ਹਨ ਜਦ ਕਿ ਕਈ ਵਿਅਕਤੀਆਂ ਚ ਜਈ ਇੱਛਾ ਬਿਲਕੁਲ ਹੀ ਨਹੀਂ ਹੁੰਦੀ ਕਈ ਵਿਅਕਤੀ ਮਹਾਨ ਬਣਨ ਵਾਸਤੇ ਇਮਾਨਦਾਰੀ ਤੋਂ ਕੰਮ ਲੈਂਦੇ ਹਨ ਜਦਕਿ ਕਈ ਹੋਰ ਇਸ ਸਿੱਖਿਆ ਦੀ ਪੂrti ਲਈ ਬੇਈਮਾਨੀ ਭਰਪੂਰ ਤਰੀਕੇ ਵਰਤਦੇ ਹਨ ਬੇਈਮਾਨੀ ਵਾਲੇ ਢੰਗ ਤਰੀਕੇ ਕਿਸੇ ਵਿਅਕਤੀ ਨੂੰ ਦਿਨਾਂ ਜਾਂ ਘੰਟਿਆਂ ਚ ਮਹਾਨ ਬਣਾ ਸਕਦੇ ਹਨ ਜਦਕਿ ਇਮਾਨਦਾਰੀ ਵਰਤਨ ਨਾਲ ਵਿਅਕਤੀ ਨੂੰ ਮਹਾਨ ਬਣਨ ਚ ਕਾਫੀ ਲੰਬਾ ਸਮਾਂ ਲੱਗ ਸਕਦਾ ਹੈ ਅਬਰਾਹਮ ਲਿੰਕਨ ਦੇ ਅਚੇਤ ਮਨ ਚ ਵੀ ਮਹਾਨ ਬਣਨ ਦੀ ਇੱਛਾ ਮੌਜੂਦ ਸੀ ਉਹ ਇੱਕ ਸਾਧਾਰਨ ਕਲਰਕ ਹੁੰਦੇ ਹੋਏ ਵੀ ਅਮਰੀਕਾ ਦਾ ਰਾਸ਼ਟਰਪਤੀ ਬਣਨਾ ਚਾਹੁੰਦਾ ਸੀ। ਮਹਾਤਮਾ ਗਾਂਧੀ ਤੇ ਮਦਰ ਟੈਰੇਸਾ ਨੇ ਮਹਾਨ ਬਣਨ ਵਾਸਤੇ ਵੱਖਰਾ ਰਾਹ ਅਖਤਿਆਰ ਕੀਤਾ। ਪਾਕਿਸਤਾਨੀ ਜਨਰਲ ਜਿਆਉਲ ਹਕ ਤੇ ਫਿਜ਼ੀ ਦੇ ਜਨਰਲ ਰਾਂਬੂਕਾ ਨੇ ਮਹਾਨ ਬਣਨ ਵਾਸਤੇ ਬੇਈਮਾਨੀ ਵਾਲੇ ਢੰਗ ਤਰੀਕੇ ਅਪਣਾਏ ਤੇ ਉਹ ਘੰਟਿਆਂ ਜੀ ਮਹਾਨ ਬਣ ਗਏ। ਆਸਟ੍ਰੇਲੀਆ ਦੇ ਸਰਮਾਇਦਾਰ ਐਲਨ ਬਾਨ ਤੇ ਕੈਰੀ ਪੈਕਰ ਤੇ ਭਾਰਤ ਦੇ ਪੂੰਜੀਪਤੀ ਟਾਟਾ ਤੇ ਬਿਰਲਾ ਨੇ ਮਹਾਨ ਬਣਨ ਲਈ ਇਹਨਾਂ ਤੋਂ ਭਿੰਨ ਰਸਤਾ ਅਪਣਾਇਆ ਔਰਤਾਂ ਵੱਲੋਂ ਵੰਸਵੰਨੇ ਡਿਜ਼ਾਈਨਾਂ ਦੇ ਕੱਪੜੇ ਤੇ ਗਹਿਣੇ ਪਾਉਣੇ ਤੇ ਸਾਮ ਸਵਾਰਣ ਮੇਕਅਪ ਕਰਨਾ ਵੀ ਉਹਨਾਂ ਅੰਦਰਲੀ ਹੋਰਨਾਂ ਨੂੰ ਆਪਣੇ ਵੱਲ ਆਕਰਸ਼ਿਤ ਕਰਨ ਦੀ ਇੱਛਾ ਦਾ ਹੀ ਇੱਕ ਪ੍ਰਗਟਾਵਾ ਹੁੰਦਾ ਹੈ ਇਸ ਕਿਤਾਬ ਨੂੰ ਲਿਖਣ ਪਿੱਛੋਂ ਕਈ ਕਹਾ ਕਰਨਾ ਵਿੱਚ ਇੱਕ ਸਮਾਜ ਵਿੱਚ ਮਹੱਤਵਪੂਰਨ ਵਿਅਕਤੀ ਬਣਨ ਦਾ ਵੀ ਹੈ ਇਤਿਹਾਸਗਵਾ ਹੈ ਕਿ ਇੰਗਲੈਂਡ ਦੇ ਬਾਦਸ਼ਾਹ ਹਨ ਨਹੀਂ ਸੰਸਾਰ ਦੇ ਵੱਖ-ਵੱਖ ਖੇਸਿਆਂ ਨੂੰ ਆਪਣੀਆਂ ਬਸਤੀਆਂ ਬਣਾ ਕੇ ਉਹਨਾਂ ਉੱਤੇ ਰਾਜ ਕੀਤਾ ਉਹਨਾਂ ਦੀ ਇੱਛਾ ਇੰਗਲੈਂਡ ਨੂੰ ਇੱਕ ਸੁਪਰ ਪਾਵਰ ਮਹਾਸ਼ਕਤੀ ਬਣਾਉਣ ਦੀ ਸੀ ਇਸ ਤਰ੍ਹਾਂ ਫਰਾਂਸ ਨੇ ਵੀ ਕਈ ਬਸਤੀਆਂ ਪੈਦਾ ਕਰਕੇ ਆਪਣੇ ਮਹਾਨ ਹੋਣ ਦੀ ਇੱਛਾ ਸੰਤੁਸ਼ਟੀ ਕੀਤੀ ਸੱਦਾਮ ਹੁਸੈਨ ਨੇ ਉਸ ਪਿੱਛੇ ਇੱਕ ਮਹੱਤਵਪੂਰਨ ਵਿਅਕਤੀ ਬਣਨ ਲਈ ਕੁਵੈਤ ਉਤੇ ਤਾਵਾ ਬੋਲੀ ਇਹ ਮਹਾਨ ਬਣਨ ਦੀ ਇੱਛਾ ਸੀ ਜਿਨੇ ਜੌਨ ਪਾਪਲ ਨੂੰ ਪੋਪ ਬਣਨ ਲਈ ਪ੍ਰੇਰਿਤ ਕੀਤਾ ਲੜਕੇ ਤੇ ਲੜਕੀਆਂ ਦੇ ਜਰਾਈਮ ਪੇਸ਼ਾ ਟੋਲਿਆਂ ਨਾਲ ਰੜਨ ਪਿੱਛੇ ਵੀ ਉਹਨਾਂ ਦੀ ਮਹਾਨ ਬਣਨ ਦੀ ਇੱਛਾ ਕੰਮ ਕਰਦੀ ਹੁੰਦੀ ਹੈ ਸਤਿਆ ਸਾਈ ਬਾਬਾ ਭਗਵਾਨ ਰਜਨੀਸ਼ ਯੂਰੀ ਗੈਲ ਡਾਕਟਰ ਜੇਬੀ ਰੀਨੇ ਗਾਂਧੀ ਤੇ ਲਿੰਕਨਾਂਤ ਵਰਗੀ ਮਹਾਨ ਵਿਅਕਤੀਆਂ ਚ ਵੱਖਰੇਵੇਂ ਦਾ ਇੱਕ ਮਹੱਤਵਪੂਰਨ ਪਹਿਲੂ ਇਹ ਹੁੰਦਾ ਹੈ ਕਿ ਉਹਨਾਂ ਨੇ ਮਹਾਂ ਮਹਾਨ ਬਣਨ ਦੀ ਭਾਵਨਾ ਕਿਵੇਂ ਗ੍ਰੈਂਡ ਕੀਤੀ ਇਤਿਹਾਸ ਦੇ ਪੰਨੇ ਪ੍ਰਸਿੱਧ ਵਿਅਕ ਮਹਾਨ ਬਣਨ ਦੀ ਭਾਵਨਾ ਲਈ ਕੀਤੇ ਜਦੋਜਹਿਦ ਤੇ ਬਿਰਤਾਂਤ ਨਾਲ ਭਰੇ ਹੋਏ ਹੈ ਜਾਰਜ ਵਿਸ਼ਿੰਗਟਨ ਵੀ ਆਪਣੇ ਆਪ ਨੂੰ ਹਿਸ ਮਾਈਟੀਨੈਸ ਅਮਰੀਕਨ ਰਾਸ਼ਟਰਪਤੀ ਅਖਵਾਉਣ ਦਾ ਚਾਹਵਾਨ ਸੀ ਤੇ ਕੋਲੰਬਸ ਨੇ ਵੀ ਸਮੁੰਦਰਾਂ ਦਾ ਐਡਮਰਲ ਤੇ ਭਾਰਤ ਦਾ ਬਾਇਸ ਰਾਏ ਦਾ ਖਿਤਾਬ ਹਾਸਲ ਕਰਨ ਲਈ ਜਦੋਜਹਿਦ ਉਹ ਲੋਕ ਜਿਹੜੇ ਨੋਬਲ ਪੁਰਸਕਾਰ ਵਾਸਤੇ ਦਰਖਾਸਤਾਂ ਭੇਜਦੇ ਹੈ ਇੱਛਾ ਵੀ ਮਹਾਨ ਬਣਨ ਦੀ ਹੀ ਹੁੰਦੀ ਹੈ ਉਹਨਾਂ ਦਾ ਜਦੋਜਹਿਦ ਕਰਨ ਦਾ ਢੰਗ ਵੱਖਰਾ ਹੁੰਦਾ ਹੈ ਜਿਹੜੀ ਵਿਅਕਤੀ ਆਪਣੇ ਨਾਵਾਂ ਨਾਲ ਸੰਤ ਭਗਵਾਨ ਗੁਰੂ ਮਹਾਰਾਜ ਤੇ ਸ੍ਰੀ ਮਾਨਾਤ ਵਰਗੇ ਸ਼ਬਦ ਜੋੜਦੀ ਹੈ ਉਹ ਇਸ ਤਰ੍ਹਾਂ ਮਹਾਨ ਬਣਨ ਦੀ ਆਪਣੀ ਲਾਲਸਾ ਨੂੰ ਪੂਰੀ ਕਰਦੀ ਹੈ ਮਰਸੀਡੀਜ਼ ਜਾਂ ਮਾਰੂਤੀ ਕਾਰ ਵੱਡਾ ਸਾਰਾ ਸ਼ਾਹੀ ਠਾਠ ਬਾਠ ਵਾਲਾ ਬੰਗਲਾ ਲੈਣ ਅਫਸਰ ਬਣਨ ਤੇ ਕੀਮਤੀ ਪੁਸ਼ਾਕਾਂ ਤੇ ਹੀਰੇ ਜਵਾਹਰਾਤਾਂ ਨਾਲ ਜੜੇ ਗਹਿਣੇ ਪੈਣਨ ਤੋਂ ਵੀ ਸਾਡੀ ਮਹਾਨ ਬਣਨ ਦੀ ਇੱਛਾ ਝਲਕਦੀ ਹੈ ਇਸ ਤਰ੍ਹਾਂ ਹੀ ਪੇਸ਼ਾਵਰਾਂ ਦੇ ਗੈਰ ਪੇਸ਼ਾਵਰਾਂ ਕਿਸਮਤ ਦੱਸਣ ਵਾਲੇ ਵਿਅਕਤੀ ਵੀ ਇਹ ਕਿੱਤਾ ਤਪਣਾਉਂਦੇ ਹੈ ਤਾਂ ਕਿ ਉਹਨਾਂ ਦੀ ਮਹਾਨ ਬਣਨ ਦੀ ਇੱਛਾ ਪੂਰੀ ਹੋ ਸਕੇ ਹੋਰ ਨਾ ਪੇਸ਼ਿਆਂਚ ਲੱਗੇ ਹੋਏ ਵਿਅਕਤੀਆਂ ਦੀ ਤਰ੍ਹਾਂ ਕਿਸਮਤ ਦੱਸਣ ਵਾਲੇ ਵੀ ਆਪਣੇ ਕਾਰੋਬਾਰ ਨੂੰ ਚਮਕਾਉਣ ਲਈ ਉਹ ਸਾਰੇ ਢੰਗ ਤਰੀਕੇ ਵਰਤਦੇ ਹੈ ਜਿਸ ਨਾਲ ਉਹਨਾਂ ਦਾ ਇਹ ਧੰਦਾ ਆਧੁਨਿਕ ਦਿਖਾਈ ਦੇਵੇ ਕੰਪਿਊਟਰਾਂ ਦੀ ਇਸ ਕੰਮ ਲਈ ਵਰਤੋਂ ਕਰਨਾ ਵੀ ਇਹ ਹੀ ਦਰਸਾਉਂਦਾ ਹੈ ਹੋਰ ਨਾ ਕਾਰੋਬਾਰਾਂ ਵਾਲੇ ਵਿਅਕਤੀਆਂ ਤੇ ਕਿਸਮਤ ਦੱਸਣ ਦੇ ਧੰਦੇ 'ਚ ਲੱਗੇ ਵਿਅਕਤੀਆਂ 'ਚ ਕੋਈ ਫਰਕ ਹੁੰਦਾ ਹੈ। ਪਹਿਲੀ ਕਿਸਮ ਦੇ ਲੋਕ ਪੈਸੇ ਬਦਲੇ ਗਾਕਾਂ ਨੂੰ ਕੁਝ ਦਿੰਦੇ ਆ ਪਰ ਕਿਸਮਤ ਦੱਸਣ ਵਾਲੇ ਉਹਨਾਂ ਨੂੰ ਕੁਝ ਵੀ ਨਹੀਂ ਦਿੰਦੇ। ਕਿਸਮਤ ਦੇਖਣ ਵਾਲੇ ਲੋਕਾਂ ਨੂੰ ਧੋਖਾ ਦੇਣ ਤੇ ਉਹਨਾਂ ਦੀ ਅਗਿਆਨਤਾ ਤੇ ਭੋਲੇਪੰਦੇ ਨਾਲ-ਨਾਲ ਉਹਨਾਂ ਦੀ ਕਿਸਮਤ ਵਿੱਚ ਵਿਸ਼ਵਾਸ ਦੀ ਦੁਰਵਰਤੋਂ ਕਰਨ 'ਚ ਕਾਫੀ ਹੁਸ਼ਿਆਰ ਹੁੰਦੇ ਹਨ। ਇੱਕ ਕਿਸਮਤ ਦੱਸਣ ਵਾਲੇ ਦਾ ਸ਼ਬਦ ਚਿੱਤਰ ਕਿਸਮਤ ਦੱਸਣਾ ਉਹਨਾਂ ਹੀ ਸੌਖਾ ਹੈ ਜਨਾਕਿ ਕਾਰ ਚਲਾਉਣਾ। ਇਸ ਕੰਮ ਵਾਸਤੇ ਕਿਸੇ ਵਿਸ਼ੇਸ਼ ਯੋਗਤਾ ਦੀ ਲੋੜ ਨਹੀਂ ਪੈਂਦੀ। ਸਰੀਰਕ ਮੁਸ਼ਕਲ ਕਰਨ ਵਾਲੇ ਮਜ਼ਦੂਰ ਤੋਂ ਲੈ ਕੇ ਬਹੁਤ ਵੱਧ ਪੜੇ ਲਿਖੇ ਵਿਅਕਤੀ ਤੱਕ ਕੋਈ ਵੀ ਚਲਾਕ ਵਿਅਕਤੀ ਕਿਸਮਤ ਦੱਸਣ ਵਾਲਾ ਬਣ ਸਕਦਾ ਹੈ। ਸਿਰਫ ਮਨੋਵਿਗਿਆਨ ਸਬੰਧੀ ਮੁੱਢਲੇ ਗਿਆਨ ਬਾਰੇ ਕਿਤਾਬ ਪੜਨ ਇਸ ਗਿਆਨ ਨੂੰ ਠੁਕਮੇ ਢੰਗ ਨਾਲ ਵਰਤਣਾ ਸਿੱਖਣ ਦੀ ਹੀ ਜ਼ਰੂਰਤ ਹੈ। ਸਭ ਤੋਂ ਪਹਿਲਾਂ ਇਹ ਕੰਮ ਆਪਣੇ ਦੋਸਤਾਂ, ਹਮ ਜਨਤੀਆਂ ਤੇ ਰਿਸ਼ਤੇਦਾਰਾਂ ਤੋਂ ਸ਼ੁਰੂ ਕਰਨਾ ਚਾਹੀਦਾ ਹੈ। ਕਿਸੇ ਅਖਬਾਰ ਜਾਂ ਰਸਾਲੇ ਦੇ ਸੰਪਾਦਕ ਨਾਲ ਸੰਬੰਧ ਸਥਾਪਿਤ ਕਰਨ ਦਾ ਕਮਿਸ਼ਨ ਤੈਅ ਕਰਨ ਦੀ ਕੋਸ਼ਿਸ਼ ਕੀਤੀ ਜਾਣੀ ਚਾਹੀਦੀ ਹੈ ਸਿਰਫ ਦੋ ਜਾਂ ਤਿੰਨ ਆਰਟੀਕਲ ਆਰਟੀਕਲ ਲਿਖ ਕੇ ਹੀ ਉਹ ਤੁਹਾਨੂੰ ਅੰਤਰਰਾਸ਼ਟਰੀ ਪ੍ਰਸਿੱਧੀ ਵਾਲਾ ਕਿਸਮਤ ਦੱਸਣ ਦਾ ਮਾਹਿਰ ਸਥਾਪਿਤ ਕਰ ਸਕਦੇ ਆ ਫਿਰ ਛੇਤੀ ਤੁਸੀਂ ਛਵੀਂ ਇੰਦਰੀ ਜਾਂ ਇਲਾਹੀ ਬਾਣੀ ਹੋਣ ਦਾ ਦਾਵਾ ਵੀ ਕਰ ਸਕਦੇ ਹੋ ਕਿ ਪ੍ਰਧਾਨ ਮੰਤਰੀ ਮੰਤਰੀ ਡਾਕਟਰ ਵਕੀਲ ਫਿਲਮੀ ਐਕਟਰ ਤੇ ਸੰਗੀਤਕਾਰ ਮਹਾਨ ਹਸਤੀਆਂ ਤੁਹਾਡੇ ਗਾਹਕ ਤੁਸੀਂ ਕਿਸੇ ਹਵਾਈ ਹਾਦਸੇ ਬਾਰੇ ਪੁੱਛਾ ਲਾਉਣ ਬਾਰੇ ਰਾਸ਼ਟਰਪਤੀ ਤਾਨਾਸ਼ਾਹ ਜਾਂ ਪ੍ਰਧਾਨ ਮੰਤਰੀ ਦੇ ਕਤਲ ਕੀਤੇ ਜਾਣ ਬਾਰੇ ਭਵਿੱਖਬਾਣੀ ਕਰਨ ਦਾ ਦਾਵਾ ਵੀ ਕਰ ਸਕਦੇ ਹੋ ਇਹਨਾਂ ਦੇ ਸੱਚੇ ਹੋਣ ਦੀ ਚਿੰਤਾ ਨਾ ਕਰੋ ਕਿਹੜਾ ਕਿਸੇ ਇਹਨਾਂ ਦੀ ਪੁਚ ਫੜਤਾਲ ਕਰਨੀ ਹੁੰਦੀ ਹੈ ਗਾਖ ਜੋ ਸੁਣਨਾ ਪਸੰਦ ਕਰਦਾ ਹੈ ਕਿ ਕਿਸਮਤ ਦੱਸਣ ਵਾਲੇ ਉਹੀ ਕੁਝ ਦੱਸਣ ਚ ਪ੍ਰਵਾਨ ਹੁੰਦੇ ਆ ਉਹ ਵਿਅਕਤੀਆਂ ਦੀ ਮਾਨਸਿਕ ਤੇ ਸਰੀਰਕ ਕਮਜ਼ੋਰੀਆਂ ਬਾਰੇ ਜਾਣੂ ਹੁੰਦੇ ਆ ਉਹ ਇਹ ਜਾਣਦੇ ਆ ਕਿ ਹਰ ਇੱਕ ਵਿਅਕਤੀ ਅਮੀਰ ਤੇ ਮਹਾਨ ਬਣਨਾ ਲੋਚਦਾ ਹੈ ਕੌਣ ਇਹ ਸੁਣਨਾ ਪਸੰਦ ਨਹੀਂ ਕਰਦੇ ਕਿ ਆਉਣ ਵਾਲੇ ਕਈ ਹਫ਼ਤਿਆਂ ਦੀ ਸ਼ੋਹਰਤ ਤੇ ਧਨ ਦੌਲਤ ਦਾ ਵਾਅਦਾ ਕਰਨਗੇ ਹਰ ਇੱਕ ਵਿਅਕਤੀ ਆਪਣੀਆਂ ਸਫਲਤਾਵਾਂ ਦੀ ਜ਼ਿੰਮੇਵਾਰੀ ਕਿਸਮਤ ਉੱਪਰ ਸੱਟਣੀ ਚਾਹੁੰਦਾ ਹੈ ਇਹ ਸੁਣਨਾ ਵੱਧ ਸੰਤੋਖ ਬਖਸ਼ਦਾ ਹੈ ਕਿ ਤੁਸੀਂ ਆਪਣੇ ਜੀਵਨ ਸਾਥੀ ਤੋਂ ਇਸ ਲਈ ਵੰਚਿਤ ਹੋਏ ਹੋ ਕਿਉਂਕਿ ਤੁਹਾਡੇ ਗ੍ਰਹਿ ਅਸ਼ੁੱਭ ਸੰ ਜਾਂ ਕਿਉਂਕਿ ਤੁਹਾਡੀ ਸ਼ਾਦੀ ਅਸ਼ੁੱਭ ਲਗਨ ਛੋਈ ਸੀ ਕੋਈ ਵੀ ਇਹ ਨਹੀਂ ਸੁਣਨਾ ਚਾਹੁੰਦਾ ਕਿ ਦੁਰਘਟਨਾ ਤੁਹਾਡੀ ਸ਼ਖਸੀਅਤ ਦੀ ਕਮਜ਼ੋਰੀ ਜਾਂ ਤੁਹਾਡੀ ਕਿਸੇ ਮੂਰਖਤਾ ਭਰਪੂਰ ਕਾਰਵਾਈ ਸਦਕਾ ਵਾਪਰੀ ਹੈ ਕਿੰਨਾ ਚੰਗਾ ਲੱਗਦਾ ਹੈ ਇਹ ਸੁਣਨਾ ਕਿ ਤੁਹਾਡੀ ਗਰੀਬੀ ਤੁਹਾਡੀ ਜੀਵਨ ਵਿਉਂਤ ਗਲਤ ਹੋਣ ਕਾਰਨ ਨਹੀਂ ਸਗੋ ਜਨਮ ਗਲਤ ਸਮੇਂ ਹੋਣ ਕਰਕੇ ਹੈ ਕਿਸਮਤ ਦੱਸਣ ਵਾਲੇ ਵਿਅਕਤੀਆਂ ਦੇ ਲੱਛਣਾਂ ਤੋਂ ਵਾਕਿਫ ਹੁੰਦੇ ਹਨ ਤੇ ਉਹ ਜਾਣਦੇ ਹਨ ਕਿ ਹਰ ਵਿਅਕਤੀ ਚ ਪਿਆਰ ਘਿਰਨਾ ਗੁੱਸਾ ਦਿਆਲਤਾ ਜਿੱਦਬੁਨਾ ਡਰ ਲਾਲਸਾ ਦੁੱਖ ਖੁਸ਼ੀ ਮਿੱਤਰਤਾ ਤੇ ਕੁਮੰਡ ਵਰਗੀਆਂ ਭਾਵਨਾਵਾਂ ਮੌਜੂਦ ਹੁੰਦੀਆਂ ਹਨ ਤੇ ਕਿਸਮਤ ਦੱਸਣ ਲਈ ਇਹਨਾਂ ਹੀ ਭਾਵਨਾਵਾਂ ਦੀ ਜਾਣਕਾਰੀ ਹੋਣ ਕਰਕੇ ਉਹ ਚੰਗਾ ਕਮਾ ਲੈਂਦੇ ਐ ਇੱਕ ਜਾਣੀ ਪਛਾਣੀ ਸੱਚਾਈ ਐ ਕਿ ਲੋਕੀ ਆਪਣੇ ਬਾਰੇ ਕੀਤੀਆਂ ਭਵਿਕ ਬਾਣੀਆਂ ਅਕਸਰ ਬਹੁਤ ਲੰਬੇ ਸਮੇਂ ਤੱਕ ਯਾਦ ਨਹੀਂ ਰੱਖਿਆ ਕਰਦੇ ਉਹ ਭਵਿਕ ਬਾਣੀਆਂ ਬਾਰੇ ਪਰਖ ਜਾਂ ਪੁੱਛ ਪੜਤਾਲ ਵੀ ਕਰਨ ਦੇ ਛੁੱਕ ਨਹੀਂ ਹੁੰਦੇ ਉਹ ਸਿਰਫ ਸੱਚੀਆਂ ਭਵਿਕ ਬਾਣੀਆਂ ਨੂੰ ਯਾਦ ਰੱਖਦੇ ਐ ਜਦ ਕਿ ਝੂਠੀਆਂ ਨੂੰ ਭੁੱਲ ਜਾਂਦੇ ਐ ਸਬੱਬੀ ਮੌਕਾ ਮੇਲ ਨਾਲ ਵਾਪਰੀ ਸੱਚੀ ਘਟਨਾ ਨੂੰ ਵਿਧਾ ਚੜਾ ਕੇ ਵੇਖਦੇ ਐ ਕਿਸਮਤ ਦੱਸਣ ਵਾਲੇ ਮੌਕਾ ਪ੍ਰਸਤ ਹੁੰਦੇ ਐ ਉਹ ਇਸ ਢੰਗ ਨਾਲ ਗੱਲਬਾਤ ਕਰਦੀ ਐ ਕਿ ਉਹਨਾਂ ਵੱਲੋਂ ਕੀਤੀ ਗਈ ਭਵਿੱਖ ਬਾਣੀ ਨੂੰ ਕਈ ਤਰ੍ਹਾਂ ਨਾਲ ਸਮਝਿਆ ਜਾ ਸਕਦਾ ਐ ਇਸ 'ਚ ਕੋਈ ਸ਼ੱਕ ਨਹੀਂ ਕਿ ਉਹ ਜਾਣਦੇ ਹੁੰਦੇ ਐ ਕਿ ਉਹਨਾਂ ਦੇ ਗਾਹ ਭੋਲੇ ਭਾਲੇ ਤੇ ਲਾਈ ਲੱਗੇ ਇਹ ਵੀ ਇੱਕ ਖੋਜ ਆਧਾਰਿਤ ਤੱਥ ਹੈ ਕਿ ਕਿਸਮਤ ਦੱਸਣ ਵਾਲਿਆਂ ਨੂੰ ਆਪਣੀ ਕਿਸਮਤ ਦਾ ਗਿਆਨ ਨਹੀਂ ਹੁੰਦਾ ਉਹਨਾਂ ਦੀ ਜ਼ਿੰਦਗੀ 'ਚ ਦੁੱਖ ਤਕਲੀਫਾਂ ਖੁਸ਼ੀਆਂ ਗਮੀਆਂ ਬਿਮਾਰੀ ਦੁਰਘਟਨਾਵਾਂ ਮੌਤ ਧੰਨ ਦੌਲਤ ਦਾ ਆਉਣਾ ਜਾਣਾ ਦੁਜੀ ਵਿਅਕਤੀ ਹਦੀ ਤਰ੍ਹਾਂ ਹੀ ਵਾਪਰਦਾ ਹੈ ਉਹ ਹੋਰ ਨਾ ਜਿੰਨੇ ਬੇਸਹਾਰਾ ਹੁੰਦੇ ਹੈ ਜੇ ਮੈਂ ਇੱਕ ਕਿਸਮਤ ਦੱਸਣ ਵਾਲਾ ਹੁੰਦਾ ਇੱਕ ਕਿਸਮਤ ਦੱਸਣ ਵਾਲੇ ਵਜੋਂ ਮੇਰੇ ਲਈ ਹੁਣ ਦੂਰਾ ਰੋਲ ਕਰਕੇ ਧਨ ਕਮਾਉਣਾ ਬਹੁਤ ਹੀ ਸੁਖ ਹੈ ਕਿਸਮਤ ਦੱਸਣ ਵਾਲਿਆਂ ਦੀ ਭਵਿੱਖ ਬਾਣੀਆਂ ਤੇ ਤੌਰ ਤਰੀਕਿਆਂ ਦੇ ਅਧਿਐਨ ਕੀਤਾ ਹੋਣ ਕਰਕੇ ਮੈਂ ਉਹਨਾਂ ਵੱਲੋਂ ਭਵਿੱਖ ਬਾਣੀਆਂ ਕਰਨ ਵਿੱਚ ਵਰਤੇ ਜਾਂਦੇ ਹੱਥ ਕੰਡਿਆ ਬਾਰੇ ਭਲੀ ਭਾਂਤੀ ਜਾਣੂ ਹਾਂ ਜੋ ਕੋਈ ਵਿਅਕਤੀ ਮੈਨੂੰ ਉਹਦੀ ਕਿਸਮਤ ਦੱਸਣ ਲਈ ਪੁੱਛਦਾ ਤਾਂ ਮੈਂ ਇੰਜ ਕਰਦਾ ਸਭ ਤੋਂ ਪਹਿਲਾਂ ਮੈਂ ਮੇਰੇ ਗਾਹਕ ਦੀ ਉਮਰ ਤੇ ਝਾਤ ਮਾਰਦਾ ਮੈਂ ਉਹਦੀ ਜ਼ਿੰਦਗੀ ਬਾਰੇ ਜਾਣਕਾਰੀ ਪ੍ਰਾਪਤ ਕਰਨ ਲਈ ਐਵੇਂ ਗੱਲਬਾਤ ਛੇੜ ਲੈਂਦਾ ਮੈਂ ਉਹਦੇ ਸਰੀਰ ਭਾਸ਼ਾ ਤੌਰ ਤਰੀਕਿਆਂ ਤੇ ਚਿਹਰੇ ਦੇ ਹਾਵ-ਭਾਵਾਂ ਨੂੰ ਪਾਪ ਕੇ ਉਹਦੀ ਸ਼ਖਸੀਅਤ ਬਾਰੇ ਕੁਝ ਸੰਕੇਤ ਪ੍ਰਾਪਤ ਕਰ ਲੈਂਦਾ ਜੇ ਗਾਹ ਕੋਈ ਨੌਜਵਾਨ ਹੁੰਦਾ ਤਾਂ ਮੈਂ ਆਖ ਕੇ ਉਹਦੀ ਪ੍ਰਸ਼ੰਸਾ ਕਰਦਾ ਵੀ ਤੁਹਾਡੇ 'ਚ ਤਾਂ ਬਹੁਤ ਸ਼ਕਤੀ ਤੇ ਹੌਸਲਾ ਹੈ ਬਹੁਤ ਸਾਰੇ ਵਿਅਕਤੀ ਜਵਾਨੀ ਸਮੇਂ ਅਕਸਰ ਹੀ ਸ਼ਕਤੀਸ਼ਾਲੀ ਤੇ ਦਲੇਰ ਹੁੰਦੇ ਆ। ਫਿਰ ਮੈਂ ਆਖਦਾ ਤੁਸੀਂ ਤਾਂ ਆਪਣੇ ਢੰਗ ਨਾਲ ਤਰਕ ਕਰਨਾ ਪਸੰਦ ਕਰਦੇ ਹੋ। ਇਹ ਕਜਈ ਗੱਲ ਹੈ ਜਿਹੜੀ ਹਰ ਵਿਅਕਤੀ ਨੂੰ ਕਿਸਮਤ ਦੱਸਣ ਵਾਲਿਆਂ ਸਮੇਤ ਸੌਖਿਆ ਹੀ ਆਖੀ ਜਾ ਸਕਦੀ ਹੈ। ਕਿਉਂਕਿ ਹਰ ਵਿਅਕਤੀ ਆਪਣੀ ਬੁੱਧੀ ਤੇ ਆਪਣੇ ਢੰਗ ਨਾਲ ਸੋਚਦਾ ਪਸੰਦ ਕਰਦਾ ਹੈ। ਬਸ ਫਿਰ ਤਾਂ ਮੈਂ ਅਜੀਆਂ ਮੂਮੂ ਠਗੜੀਆਂ ਗੱਲਾਂ ਦੀ ਚੇਬਰ ਲਾ ਦਿੰਦਾ। ਜਿਵੇਂ ਕਿ ਤੁਹਾਡਾ ਗੁੱਸਾ ਬਹੁਤ ਭੜਾ ਹੈ, ਸਾਵਧਾਨ ਰਹਿਣਾ। ਤੁਹਾਡੀ ਬੁੱਧੀ ਬਹੁਤ ਤੇਜ਼ ਹੈ ਉਤਸ਼ਾਹ ਵੀ ਤੁਹਾਡੇ ਵਿੱਚ ਬਹੁਤ ਹੈ ਪਰ ਇੱਛਾ ਸ਼ਕਤੀ ਦੀ ਘਾਟ ਹੈ ਪੱਕੇ ਇਰਾਦਿਆਂ ਦੇ ਬਾਵਜੂਦ ਤੁਸੀਂ ਦੋਚਿੱਤੀ ਦਾ ਸ਼ਿਕਾਰ ਹੋ ਕੇ ਮਾਤ ਖਾ ਜਾਂਦੇ ਹੋ ਜਦੋਂ ਤੁਸੀਂ ਕੋਈ ਪ੍ਰੋਗਰਾਮ ਬਣਾਉਂਦੇ ਹੋ ਜਾਂ ਕੋਈ ਵਿਸ਼ੇਸ਼ ਨਿਰਣਾ ਲੈਂਦੇ ਹੋ ਤਾਂ ਅਕਸਰ ਤੁਹਾਡੀ ਕਾਲਬਾਜੀ ਪੁੱਠੀ ਪਾ ਦਿੰਦੀ ਹੈ ਪਿਆਰ ਦੇ ਮਾਮਲਿਆਂ 'ਚ ਵੀ ਕਾਹਲੀ ਕੰਮ ਬਗੜਦੀ ਹੈ ਤੁਹਾਨੂੰ ਆਪਣੇ ਨਿਰਣਿਆਂ ਤੇ ਪ੍ਰੋਗਰਾਮਾਂ ਦਾ ਸੁਧਾਰ ਕਰਨਾ ਚਾਹੀਦਾ ਹੈ ਤੇ ਇਹਨਾਂ ਤੋਂ ਵੱਧ ਲਾਭ ਲਈ ਕਿਸੇ ਹੋਰ ਨਾਲ ਵੀ مشਵਰਾ ਕਰਨਾ ਚਾਹੀਦਾ ਹੈ ਤੁਹਾਡੀਆਂ 10% ਸਮੱਸਿਆਵਾਂ ਕਾਲ ਚ ਕੀਤੇ ਫੈਸਲਿਆਂ ਦਾ ਨਤੀਜਾ ਹਨ ਤੁਸੀਂ ਗੱਡੀ ਬਹੁਤ ਤੇਜ਼ ਲਾਉਂਦੇ ਹੋ ਕਦੇ ਐਕਸੀਡੈਂਟ ਵੀ ਹੋ ਸਕਦਾ ਹੈ ਇਹ ਗੱਲਾਂ ਤਕਰੀਬਨ ਹਰ ਵਿਅਕਤੀ ਉੱਤੇ ਟੁੱਕਦੀਆਂ ਜੇ ਕਦੇ ਦੇਰ ਹੋ ਜਾਏ ਤਾਂ ਅਸੀਂ ਤੇਜ਼ੀ ਨਾਲ ਅੱਗੇ ਲੰਘਣਾ ਚਾਹੁੰਦੇ ਹਾਂ ਇਸ ਰੂਜੇਵੇਂ ਆ ਭਰੀ ਤੇਜ਼ ਰਫ਼ਤਾਰ ਵੱਧ ਜ਼ਿੰਮੇਵਾਰੀ ਤੇ ਮੁਕਾਬਲੇਬਾਜ਼ੀ ਵਾਲੀ ਜ਼ਿੰਦਗੀ ਦੇ ਅਰਥ ਹਨ ਕਿ ਅਸੀਂ ਬਹੁਤ ਹੀ ਤੇਜ਼ ਤੇ ਨਿਪੁੰਨ ਹੋਈਏ ਬਹੁਤ ਸਾਰੇ ਲੋਕੀ ਪ੍ਰੇਮ ਤੇ ਇਸ਼ਕ ਮੁਸ਼ਕ ਦੀਆਂ ਗੱਲਾਂ ਸੁਣ ਕੇ ਪ੍ਰਸੰਨ ਹੁੰਦੇ ਆ ਮੈਂ ਵੇਖਿਆ ਕਿ ਬਹੁਤ ਸਾਰੇ ਲੋਕ ਖਾਸ ਤੌਰ ਤੇ ਪਿਆਰ ਸਬੰਧੀ ਬਾਰੇ ਸਬੰਧਾਂ ਬਾਰੇ ਹੀ ਪਿਆਰ ਸਬੰਧਾਂ ਬਾਰੇ ਹੀ ਪੁੱਛਦੇ ਹਨ ਤਾਂ ਮੈਂ ਗਾਕ ਦੇ ਪੁਰਾਣੇ ਪਿਆਰ ਸਬੰਧਾਂ ਬਾਰੇ ਉਸ ਨਾਲ ਗੱਲਬਾਤ ਕਰਕੇ ਵਰਤਮਾਨ ਤੇ ਭਵਿੱਖ 'ਚ ਉਹਦੇ ਪਿਆਰ ਸਬੰਧਾਂ ਬਾਰੇ ਉਹਦੀ ਕਿਸਮਤ ਦੀ ਭਵਿੱਖਬਾਣੀ ਕਰਦਾ ਮੈਂ ਭਵਿੱਖੇ ਚ ਉਹਨੂੰ ਬੇਹੱਦ ਖੁਸ਼ੀ ਭਰਪੂਰ ਪਿਆਰ ਸਬੰਧਾਂ ਦੀ ਆਸ ਬਣਾਉਂਦਾ ਮੈਂ ਜੇ ਗਾਕਾਂ ਨੂੰ ਆਖਦਾ ਤੁਸੀਂ ਬਹੁਤ ਗਲੜੀ ਹੋ ਸਮੇਂ ਤੇ ਧੰਨ ਦੀ ਫਜ਼ੂਲ ਖਰਚੀ ਕਰਦੇ ਹੋ ਬਿਨਾਂ ਕਿਸੇ ਯੋਜਨਾ ਦੇ ਤੁਸੀਂ ਪੈਸਾ ਖਰਚ ਕਰਦੇ ਹੋ ਇਹ ਭਵਿੱਖ ਬਾਣੀ ਬਹੁਤ ਹੀ ਸੁਰੱਖਿਅਤ ਹੈ ਬਹੁਤੇ ਵਿਅਕਤੀਆਂ ਉੱਤੇ ਲਾਗੂ ਹੁੰਦੀ ਹੈ ਅਸਲੀ ਮੁੱਲ ਤਾਂ ਇਹ ਹੈ ਕਿ ਅਸੀਂ ਹਮੇਸ਼ਾ ਹੀ ਯੋਜਨਾ ਅਨੁਸਾਰ ਪੈਸਾ ਨਹੀਂ ਖਰਚ ਕਰਦੇ ਅਚਨਚੇਤੀ ਲੋੜਾਂ ਅਚਾਨਕ ਹੀ ਆਏ ਮਹਿਮਾਨ ਅਚਨਚੇਤੀ ਬਿਮਾਰੀ ਐਕਸੀਡੈਂਟ ਜਾਂ ਇਸ ਤਰ੍ਹਾਂ ਦੀਆਂ ਹੋਰ ਗੈਰ ਯਕੀਨੀਆਂ ਸਾਨੂੰ ਬਜਟ ਤੋਂ ਵੱਧ ਖਰਚਾ ਕਰਨ ਲਈ ਮਜਬੂਰ ਕਰ ਦਿੰਦੀ ਹੈ ਕਿਸਮਤ ਦੱਸਣ ਵਾਲੇ ਅਜਿਹਿਆਂ ਹੋਰ ਵੀ ਭਵਿੱਖ ਬਾਣੀਆਂ ਕਰਦੇ ਐ ਤੇ ਅਕਸਰ ਹੀ ਉਹਨਾਂ ਦੇ ਬਿਆਨਾਂ ਦਾ ਲਹਿਜਾ ਇਸ ਤਰ੍ਹਾਂ ਦਾ ਹੁੰਦਾ ਜਿਵੇਂ ਕਿ ਤੁਸੀਂ ਬਹੁਤ ਦਿਆਲੀ ਦਿਆਲੂ ਹੋ ਜੇ ਕੋਈ ਉਧਾਰ ਮੰਗਦਾ ਤੁਰੰਤ ਦੇ ਦਿੰਦੇ ਹੋ ਪਰ ਵਾਪਸ ਮੰਗਣ ਸਮੇਂ ਝਿਜਕਦੇ ਹੋ ਤੁਸੀਂ ਕਲਾ ਤੇ ਕੁਦਰਤ ਦੇ ਪੁਜਾਰੀ ਹੋ ਸੁੰਦਰਤਾ ਤੁਹਾਨੂੰ ਮੋਹ ਲੈਂਦੀ ਹੈ ਭਵਿੱਖੇ 'ਚ ਤੁਹਾਡੀਆਂ ਸਾਰੀਆਂ ਮੁਸ਼ਕਲਾਂ ਹੱਲ ਹੋ ਜਾਣਗੀਆਂ ਜਿਉਂ ਜਿਹਾ ਮੌਕਾ ਹੋਵੇ ਉਸ ਅਨੁਸਾਰ ਕਿਸਮਤ ਦੱਸਣ ਵਾਲਾ ਇਹ ਭਵਿੱਖ ਬਾਣੀ ਵੀ ਕਰ ਦਿੰਦਾ ਹੈ ਤੁਸੀਂ ਬਿਹਤ ਜ਼ਿੱਦੀ ਹੋ ਤੇ ਅਕਸਰ ਤੁਹਾਡੀ ਇਸ ਜ਼ਿੱਦ ਨਾਲ ਹੀ ਤੁਹਾਡਾ ਆਪਣੀ ਪਤਨੀ ਪਤੀ ਰਿਸ਼ਤੇਦਾਰਾਂ ਜਾਂ ਦੋਸਤਾਂ ਨਾਲ ਝਗੜਾ ਹੋ ਜਾਂਦਾ ਹੈ ਤੁਸੀਂ ਕੋਈ ਗੱਲ ਲੁਕੋ ਕੇ ਨਹੀਂ ਰੱਖ ਸਕਦੇ ਤੁਸੀਂ ਬਹੁਤ ਹੀ ਸ਼ੱਕੀ ਹੋ ਤੇ ਆਪਣੀ ਪਤੀ ਪਤਨੀ ਜਾਂ ਪਤੀ ਜਿਵੇਂ ਮੌਕਾ ਹੋਵੇ ਉਤੇ ਸ਼ੱਕ ਕਰਦੇ ਹੋ ਤੇ ਇਹ ਸ਼ੱਕੀ ਸੁਭਾਈ ਬੇਲੋੜੀ ਬਹਿਸ ਦਾ ਕਾਰਨ ਬਣ ਜਾਂਦਾ ਹੈ ਤੁਹਾਨੂੰ ਆਰਥਿਕ ਤੇ ਕਾਮੁਕ ਚਿੰਤਾ ਨੇ ਘੇਰ ਰੱਖਿਆ ਹੈ ਤੁਸੀਂ ਆਪਣੇ ਬੱਚਿਆਂ ਤੇ ਮਾਪੇ ਬਾਰੇ ਵੀ ਚਿੰਤਾਤੁਰ ਰਹਿੰਦੇ ਹੋ ਰਾਜੇ ਤੋਂ ਲੈ ਕੇ ਰੰਗ ਤੱਕ ਹਰ ਇੱਕ ਨੂੰ ਅਜਿਹੀਆਂ ਚਿੰਤਾਵਾਂ ਹੁੰਦੀਆਂ ਇਹ ਚਿੰਤਾਵਾਂ ਸਾਡੇ ਜੀਵਨ ਦਾ ਇੱਕ ਅਟੁੱਟ ਮਾਗ ਹਨ ਕਿਸਮਤ ਦੱਸਣ ਵਾਲੇ ਵੱਜੋਂ ਮੈਂ ਇੱਕ ਵਧੀਆ ਜੀ ਭਵਿੱਖ ਬਾਣੀ ਵੀ ਕਰਦਾ ਤੁਸੀਂ ਸਫਰ ਕਰਨਾ ਪਸੰਦ ਕਰਦੇ ਹੋ 12ਵੀਂ ਹੋ ਜਾਓਗੇ ਭਾਰਤ ਤੇ ਹੋਰ ਘੱਟ ਵਿਕਸਿਤ ਦੇਸ਼ਾਂ ਦੇ ਨੌਕਰੀ ਸ਼ੁਦਾ ਜਾਂ ਬੇਰੋਜ਼ਗਾਰ ਇੰਜੀਨੀਅਰ ਜਾਂ ਵਿਗਿਆਨੀ ਜਦੋਂ ਕਿਸਮਤ ਦੱਸਣ ਵਾਲੇ ਕੋਲ ਜਾਂਦੇ ਆ ਤਾਂ ਇੱਕ ਸਵਾਲ ਜ਼ਰੂਰ ਪੁੱਛਦੇ ਆ ਮੈਂ ਬਾਹਰ ਕਦੋਂ ਜਾਵਾਂਗਾ ਜਾਂ ਕੀ ਹੱਥ ਤੇ ਵਿਦੇਸ਼ ਰੇਖਾ ਹੈ ਜੇ ਮੇਰਾ ਗਾਂਖ ਇਹ ਨਵਰਗਾ ਹੁੰਦਾ ਤਾਂ ਮੈਂ ਉਹਨੂੰ ਆਖਦਾ ਕਿ ਬਾਹਰ ਜਾਣ ਦੇ 99% ਦੀ ਮੌਕੇ ਹਨ ਮੇਰੇ ਗਾਖ ਦਾ ਕਾਰੋਬਾਰੀ ਰੁਤਬਾ ਵੀ ਮੇਰੇ ਭਵਿੱਖ ਬਾਣੀਆਂ ਕਰਨ 'ਚ ਮਦਦਗਾਰ ਸਾਬਿਤ ਹੁੰਦਾ ਜੇ ਮੇਰਾ ਗਾਖ ਕੋਈ ਬੇਰੁਜ਼ਗਾਰ ਹੁੰਦਾ ਤਾਂ ਮੈਂ ਉਹਦੀ ਇਸ ਦਰਦਪਰੀ ਹਾਲਤ ਬਾਰੇ ਕਿਸੇ ਗ੍ਰਹਿ ਨੂੰ ਦੋਸ਼ੀ ਠਹਿਰਾ ਦਿੰਦਾ ਜਾਂ ਫਿਰ ਆਖਦਾ ਕਿ ਉਹਦੇ ਉਹਦੀ ਦਿਮਾਗ ਰੇਖਾ ਕਿਸਮਤ ਰੇਖਾ ਉੱਤੇ ਟਿਕਰੀ ਹੈ ਜਾਂ ਉਹਦੀ ਤਾਂ ਕਿਸਮਤ ਰੇਖਾ ਹੀ ਨਹੀਂ ਹੈ ਜਿਸ ਕਰਕੇ ਉਹ ਬੇਰੁਜ਼ਗਾਰ ਹੈ ਮੈਂ ਛੇਤੀ ਭਵਿੱਖ ਚ ਉਹਨੂੰ ਨੌਕਰੀ ਮਿਲਣ ਦਾ ਧਰਵਾਸ ਦੇ ਦਿੰਦਾ ਜੇ ਮੇਰਾ ਗਾਹਕ ਰੋਜ਼ਗਾਰਸ਼ੁਦਾ ਹੁੰਦਾ ਤਾਂ ਮੈਂ ਉਹਨੂੰ ਤਰੱਕੀ ਦੇਣ ਦਾ ਚਾਂਸਾ ਦਿੰਦਾ ਜਾਂ ਉਹਨੂੰ ਨੌਕਰੀ ਦੇ ਇਲਾਵਾ ਕੋਈ ਧੰਦਾ ਸ਼ੁਰੂ ਕਰਨ ਦੀ ਸਲਾਹ ਦੇ ਦਿੰਦਾ ਬਹੁਤ ਹੀ ਆਸਾਨੀ ਨਾਲ ਮੈਂ ਬੱਚਿਆਂ ਬਾਰੇ ਭਵਿੱਖ ਬਾਣੀਆਂ ਕਰ ਦਿਆ ਕਰਦਾ ਗਰੀ ਮੁਲਕਾਂ 'ਚ ਬਹੁਤ ਸਾਰੇ ਲੋਕ ਪੁੱਤਰ ਹੋਣ ਬਾਰੇ ਸੁਣਨਾ ਚਾਹੁੰਦੇ ਐ ਮੈਂ ਇਸ ਕਰਕੇ ਪੁੱਤਰਾਂ ਦੇ ਜਨਮ ਬਾਰੇ ਵੀ ਭਵਿੱਖ ਬਾਣੀਆਂ ਕਰਿਆ ਕਰਦਾ ਮੌਕਾ ਮਿਲਦੇ ਸਿਧਾਂਤ ਅਨੁਸਾਰ ਮੇਰੇ 50% ਗਾਹਕਾਂ ਦੇ ਤਾਂ ਪੁੱਤ ਪੈਦਾ ਹੀ ਹੋਈ ਜਾਣੇ ਸੀ ਤੇ ਘਟਨਾਵਾਂ ਦੇ ਮਹੱਤਵਪੂਰਨ ਹੋਣ ਕਾਰਨ ਉਹ ਤਾਂ ਮੇਰੇ ਪੱਕੇ ਗਾਖ ਬਣ ਹੀ ਜਾਣੇ ਸੀ ਤੇ ਮੈਂ ਪਾਠਕਾਂ ਨਾਲ ਇੱਕ ਕਹਾਣੀ ਸਾਂਝੀ ਕਰਨਾ ਚਾਹਾਂਗਾ ਇਸ ਕਹਾਣੀ ਤੋਂ ਤੁਹਾਨੂੰ ਪਤਾ ਲੱਗ ਜਾਏਗਾ ਕਿ ਕਿਸਮਤ ਦੱਸਣ ਵਾਲੇ ਕਿਸ ਤਰ੍ਹਾਂ ਧੋਖਾ ਕਰਦੇ ਐ ਇੱਕ ਵਾਰੀ ਮੈਂ ਇੱਕ ਪ੍ਰਸਿੱਧ ਕਿਸਮਤ ਦੱਸਣ ਵਾਲੇ ਕੋਲ ਗਿਆ ਗੱਲਬਾਤ ਕਰਦਿਆਂ ਮੈਂ ਉਹਨੂੰ ਪੁੱਛਿਆ ਤੁਸੀਂ ਆਪਣੇ ਗਾਖਾਂ ਨੂੰ ਕਿਵੇਂ ਫਸਾਉਂਦੇ ਹੋ ਉਸੇ ਸਮੇਂ ਦੋ ਔਰਤਾਂ ਆਪਣੀ ਕਿਸਮਤ ਬਾਰੇ ਪੁੱਛਣ ਲਈ ਆ ਗਈਆਂ ਉਹਨਾਂ ਚੋਂ ਇੱਕ ਦੇ ਇਕ ਨੇ ਪੁੱਤਰ ਹੋਣ ਬਾਰੇ ਵਿਸ਼ੇਸ਼ ਤੌਰ ਤੇ ਪੁੱਛਿਆ ਉਹਨੇ ਪਹਿਲੀ ਔਰਤ ਦੇ ਪੁੱਤਰ ਪੈਦਾ ਹੋਣ ਬਾਰੇ ਭਵਿਕ ਪਾਣੀ ਕੀਤੀ ਜਿਵੇਂ ਕਿ ਉਹ ਅਕਸਰ ਹੀ ਕਰਿਆ ਕਰਦਾ ਸੀ ਉਹ ਔਰਤ ਇਹ ਖੁਸ਼ਖਬਰੀ ਸੁਣ ਕੇ ਬਹੁਤ ਹੀ ਪਰਸਾਨ ਸੀ ਤੇ ਸੌਖ ਮਹਿਸੂਸ ਕਰ ਰਹੀ ਸੀ ਤੇ ਜਦੋਂ ਦੂਜੀ ਔਰਤ ਦੀ ਵਾਰੀ ਆਈ ਤਾਂ ਉਹਨੇ ਔਰਤ ਨੂੰ ਦੱਸਿਆ ਤੇਰੀ ਸਹੇਲੀ ਦੇ ਤਾਂ ਲੜਕੀ ਹੋਏਗੀ ਪਰ ਤੂੰ ਇਹ ਗੱਲ ਉਹਨੂੰ ਨਾ ਦੱਸੀ ਕਿਉਂਕਿ ਬਹੁਤ ਹੀ ਸੰਵੇਦਨਸ਼ੀਲ ਹੈ ਮੈਂ ਇਸ ਹਾਲਤ ਚ ਉਹਨੂੰ ਦੁਖੀ ਨਹੀਂ ਕਰਨਾ ਚਾਹੁੰਦਾ ਮੈਨੂੰ ਇਹ ਸੁਣ ਕੇ ਬਹੁਤ ਹੈਰਾਨੀ ਹੋਈ ਜਦੋਂ ਔਰਤਾਂ ਉੱਥੋਂ ਚਲੀਆਂ ਗਈਆਂ ਤਾਂ ਉਹਨੇ ਮੈਨੂੰ ਆਖਿਆ ਕਿ ਕਿਸਮਤ ਦੱਸਣਾ ਤਾਂ ਟ੍ਰਿਕਾਂ ਪਰਪੂਰਕ ਕਲਾ ਹੈ ਮੈਂ ਇਹਨੂੰ ਪੁੱਛਿਆ ਕਿ ਦੂਜੀ ਔਰਤ ਨੂੰ ਇੰਜ ਆਖਣ ਚ ਕੀ ਟ੍ਰਿਕ ਹੈ ਉਹਨੇ ਦੱਸਿਆ ਕਿ ਇਹ ਤਾਂ ਬਹੁਤ ਹੀ ਸਿੱਧੀ ਜੀ ਗੱਲ ਹੈ ਜੇ ਪੁੱਤਰ ਜੰਮਿਆ ਉਹ ਮੈਨੂੰ ਰੱਬ ਵਾਂਗੂ ਮੰਨੇਗੀ ਤੇ ਉਹ ਆਪਣੀ ਸਹੇਲੀ ਦੀ ਗੱਲ ਨਹੀਂ ਸੁਨੇਗੀ ਆਪਣੀ ਖੁਸ਼ੀ 'ਚ ਮगन ਰਹੇਗੀ ਪਰ ਜੇ ਲੜਕੀ ਜਮੀ ਤਾਂ ਮੈਂ ਆਪਣੇ ਪੱਖ 'ਚ ਇਹ ਕਹਾਂਗਾ ਕਿ ਮੈਂ ਸੱਚੀ ਗੱਲ ਉਹਦੀ ਸਹੇਲੀ ਨੂੰ ਦੱਸ ਦਿੱਤੀ ਸੀ ਕਿਉਂਕਿ ਮੈਂ ਉਹਦਾ ਦਿਲ ਨਹੀਂ ਸੀ ਤੋੜਨਾ ਚਾਹੁੰਦਾ ਕਿਉਂਕਿ ਉਹਦਾ ਸੁਭਾਅ ਬਹੁਤ ਹੀ ਸੰਵੇਦਨਸ਼ੀਲ ਹੈ ਇਥੇ ਇੱਕ ਗੱਲ ਵੱਲ ਧਿਆਨ ਦੇਣ ਦੀ ਜ਼ਰੂਰਤ ਹੈ ਕਿ ਮੈਂ ਬੱਚਿਆਂ ਦੀ ਗਿਣਤੀ ਨਹੀਂ ਦੱਸਾਂਗਾ। ਵੇਖਿਆ ਕਿੰਨਾ ਹੈਰਾਨੀਜਨਕ ਟ੍ਰਿਕ ਹੈ। ਇਸ ਤਰ੍ਹਾਂ ਹੀ ਵਿਦਿਆਰਥੀ ਵਾਸਤੇ ਭਵਿੱਖ ਬਾਣੀਆਂ ਘੜੀਆਂ ਜਾਂਦੀਆਂ। ਇੱਕ ਸੱਚਾਈ ਹੈ ਕਿ ਸਕੂਲਾਂ ਦੇ ਕੋਲ ਤਾਂ ਦੇ 90% ਨਤੀਜੇ ਵਧੀਆ ਹੀ ਹੁੰਦੇ ਆ। ਤੇ ਕਈ ਵਾਰੀ ਇਸ ਤੋਂ ਵੀ ਵੱਧ ਚੰਗੇ ਹੁੰਦੇ ਆ। ਇਹ ਭਵਿੱਖ ਬਾਣੀ ਕਰਨੀ ਸੁਰੱਖਿਅਤ ਹੀ ਹੁੰਦੀ ਹੈ ਕਿ ਵਿਦਿਆਰਥੀ ਇਮਤਿਹਾਨ ਪਾਸ ਕਰ ਸਕਣਗੇ। ਜੇ ਮੇਰਾ ਗਾਕ ਵਿਦਿਆਰਥੀ ਹੈ ਤਾਂ ਮੈਂ ਪੂਰੇ ਵਿਸ਼ਵਾਸ ਨਾਲ ਇਹ ਭੋਇਕ ਬਾਣੀਆਂ ਕਰ ਦੇਵਾਂਗਾ ਕਿ ਪਾਸ ਹੋ ਜਾਏਗਾ ਆਪਣੇ ਗਾਕਾਂ ਨੂੰ ਪ੍ਰਸੰਨ ਕਰਨ ਵਾਸਤੇ ਮੈਂ ਝੂਠੇ ਬੰਦੇ ਦੀ ਭਾਂਤੀ ਭੂਤਕਾਲ ਬਾਰੇ ਬਹਾਨੇ ਘੜਾਂਗਾ ਇੱਕ ਚਾਪਲੂਸੀ ਤਰ੍ਹਾਂ ਵਰਤਮਾਨ ਨੂੰ ਸਲਾਹਾਂਗਾ ਤੇ ਇੱਕ ਨਿਪੁੰਨ ਚਾਤਰ ਸਿਆਸ ਦਾਨ ਦੇਵਾ ਦੇ ਵਰਗੀ ਭਵੇਖ ਉੱਪਰ ਅਸਾਂ ਲਗਾਵਾਵਾਂਗਾ ਕਰਮੁਕਤ ਤਨ ਫੀਸ ਵਜੋਂ ਲੈ ਕੇ ਮਹਿਮਾਨੀ ਮੰਚ ਹੱਸਾਂਗਾ ਕਿ ਪੈਸਾ ਕਮਾਉਣਾ ਕਿੰਨਾ ਸੌਖਾ ਲੋਕਾਂ ਨੂੰ ਬੁੱਧੂ ਬਣਾਉਣਾ ਕਿੰਨਾ ਆਸਾਨ ਹੈ ਨਾ ਹਿੰਗ ਲੱਗੇ ਨਾ ਫਟਕੜੀ ਕੋਈ ਲਾਗਤ ਨਹੀਂ ਲਾਭ 100% ਕਿੰਨਾ ਵਧੀਆ ਇਹ ਧੰਦਾ ਇਮਾਨਦਾਰ ਆਦਮੀ ਆਪਣੀ ਰੋਟੀ ਰੋਜ਼ੀ ਇਮਾਨਦਾਰੀ ਤੇ ਚੰਗੇ ਕੰਮਾਂ ਰਹੀਂ ਕਮਾਉਂਦੀ ਹੈ ਬੇਈਮਾਨ ਵਿਅਕਤੀ ਹੋਰਨਾ ਕੰਮ ਕਰਨ ਵਾਲੇ ਲੋਕਾਂ ਦੀ ਕਮਾਈ ਨੂੰ ਧੋਖੇ ਨਾਲ ਲੁੱਟ ਕੇ ਜਿਆ ਕਰਦੇ ਹੈ ਕਿਸਮਤ ਦੱਸਣ ਵਾਲੇ ਧੋਖੇਬਾਜ਼ਾਂ ਦੇ ਕੰਮ ਵੀ ਚੋਰਾਂ ਵਾਲਿਆਂ ਦੇ ਮੁਕੱਦਮਾ ਚ ਲਾਉਣ ਤੋਂ ਝਿਜਕਦੇ ਹਨ ਕਿਉਂਕਿ ਉਹਨਾਂ ਦੇ ਧੰਦੇ ਨੂੰ ਧਰਮਾਂ ਦੀ ਪ੍ਰਵਾਨਗੀ ਹੁੰਦੀ ਹੈ ਜਮਹੂਰੀਅਤ ਵਿੱਚ ਬਹੁਤੇ ਲੋਕੀ ਧਰਮ ਵਿੱਚ ਅੰਨੀਸ਼ਰ ਦਾ ਰੱਖਦੇ ਹੈ ਤੇ ਗਿਣਤੀ ਵਿੱਚ ਘਟਣ ਦੇ ਬਾਵਜੂਦ ਵੀ ਇਹ ਧੋਖੇਬਾਜ਼ ਦੇ ਮਾਗਾਂ ਨੂੰ ਦੂਸ਼ਿਤ ਕਰਨ ਵਾਲਾ ਕਿਸਮਤ ਦਸਾਂ ਕਿਸਮਤਾਂ ਦੱਸਣ ਦਾ ਆਪਣਾ ਕਾਰੋਬਾਰ ਬਿਨਾਂ ਕਿਸੇ ਰੋਕ ਟੋਕ ਦੇ ਚਾਲੂ ਰੱਖੀ ਰੱਖਦੇ ਹੈ ਮੈਂ ਆਸ ਕਰਦਾ ਹਾਂ ਕਿ ਉਹ ਦਿਨ ਦੂਰ ਨਹੀਂ ਜਦੋਂ ਤਰਕਸ਼ੀਲ ਸਰਕਾਰਾਂ ਦੇ ਮਾਗਾਂ ਨੂੰ ਦੂਸ਼ਿਤ ਕਰਕੇ ਭੋਲੇ ਭਾਲੇ ਲੋਕਾਂ ਦੀ ਇਸ ਲੁੱਟ ਨੂੰ ਖਤਮ ਕਰ ਦੇਣਗੀਆਂ ਮੇਰੀ ਪੋਲੀਪਾਲੀ ਲੋਕਾਂ ਨੂੰ ਅਪੀਲ ਹੈ ਕਿ ਕਿਸਮਤ ਤਾਂ ਦੱਸਣ ਵਾਲਿਆਂ ਦੇ ਦਾਅਵਿਆਂ 'ਚ ਉੱਕਾ ਹੀ ਕੋਈ ਸੱਚਾਈ ਨਹੀਂ ਹੁੰਦੀ। ਉਹਨਾਂ ਦੀਆਂ ਭਵਿੱਖ ਬਾਣੀਆਂ ਮੌਕਾ ਮੇਲ ਦੇ ਸਿਧਾਂਤ ਨਾਲੋਂ ਵਧੀਆ ਨਹੀਂ ਹਨ। ਇੱਕ ਸਧਾਰਨ ਵਿਅਕਤੀ ਵੀ ਅਜਿਹੀਆਂ ਭਵਿੱਖ ਬਾਣੀਆਂ ਸਫਲਤਾਪੂਰਵਕ ਕਰ ਸਕਦਾ ਹੈ। ਧੰਨ